हेलो गाइस, वेलकम बैक टू द चैनल। अच्छा entered the room and this is the basic layout. So let's start from this side of the room. This is the almirah. वैसे तो काफ़ी ज़्यादा स्पेस है, काफ़ी कुछ सुट सकते हैं इधर उत्ते भी, अलमीरा के उत्ते भी है स्पेस। आप अपनी अलमीरा ने बहुत सिस्टमैटिक ही बनाया हुआ है। एक ही सिस्टम है, कोई सिस्टम नहीं है। ऊपर आप काजू रखे हुए हैं, अखरोट, इन्हों कुछ दिखा कॉफी, इन्हों खान पीन का सामान रखा है, बीकानेर लिफाफे रखे हुए हैं, थले आप बुक्स रखी हुई हैं, उधर आप सोप रखे हुए, नहा धोन नाल कड़छियां भांडे भूडे रखे हुए हैं, मैगी बनाने तो निकी है, एक डस्टबिन रखे है ਨਾਲ ਇਹਨਾਂ ਦਾ ਬਾਲਟੀ ਤੇ ਉਹ ਰੱਖਿਆ ਸਮਾਨ ਨਾਲ ਇਹ ਦੀਵਾਰ ਤੇ ਕੁਝ ਵੀ ਲਾ ਸਕਦੇ ਆ, ਆਪਣੀ ਪੇਂਟਿੰਗ ਕਰ ਸਕਦੇ ਆ। ਉਹ ਬਾਬੇ ਦੀ ਫੋਟੋ ਲਈ ਕਿਉਂਕਿ ਪੜਨਾ ਰਿਹਾ ਆਪਾਂ ਹੈ ਨਹੀਂ ਬਾਬੇ ਦੇ ਸਿਰ ਤੇ ਪਾਸ ਹੋਣਾ ਵਾ। ਦੀਵਾਰ ਤੇ ਹਨਾ ਕੁਝ ਵੀ ਲਾ ਸਕਦੇ ਨਾ ਤੁਸੀਂ, ਕੁਝ ਵੀ ਲਾ ਸਕਦੇ ਆ ਆਪਣੇ ਕਮਰੇ ਵਿੱਚ। ਠੀਕ ਹੈ, ਇਹਦੇ ਰੂਮਮੇਟ ਦਾ ਹੈਗਾ ਨਾ ਬੈੱਡ, ਇਹ ਮੇਰਾ ਖੁਸ਼ਨੀਤ ਦਾ, ਆਪਣਾ ਪੱਖਾ ਰੱਖਿਆ ਇਹਨਾਂ ਨੇ, ਵਿੰਡੋ, ਬਾਲਕਨੀ, ਸਟੱਡੀ ਟੇਬਲ। ਵੇਖੀ ਨੇ ਕਿਆ ਸੁਣ ਰੱਖਿਆ, ਇਹ ਪੜਦਾ ਪੁਰਦਾ ਨਹੀਂ ਗਏ ਤੇ, ਵੈਸੇ ਨੇ ਸ਼ੋ ਪੀਸ ਵਾਸਤੇ ਰੱਖਿਆ, ਵੈਸੇ ਤੇ ਬਲੈਕ ਬੋਰਡ ਰੱਖੇ, ਵੇਖੀ ਵਾਈਟ ਬੋਰਡ ਨਾਲ ਸ਼ੀਸ਼ਾ ਰੱਖਿਆ ਹੈਗਾ। ਨਹੀਂ ਮੇਰਾ ਸਿਰਫ ਇਹਨਾਂ ਰਿਹਾ, ਇਹ ਵੀ ਵੈਂਟੀਲੇਸ਼ਨ ਵਾਸਤੇ ਅੱਛਾ ਹੈ। ਵੈਸੇ ਇਹ ਬਾਲਕਨੀ ਸ਼ੇਡ ਬਾਲਕਨੀ ਦੋ ਰੂਮ ਸੀ। ਦਿਸ ਇਜ਼ ਅ ਸ਼ੇਅਰਡ ਬਾਲਕਨੀ ਜੋ ਕਿ ਲਾਈਕ ਦੋ ਰੂਮਸ, ਇਹ ਕੀ ਹੈ ਬਾਲਕਨੀ ਸ਼ੁਰੂ ਹੁੰਦੇ ਖਤਮ ਹੋ ਜਾਂਦੀ ਹੈ, ਵੈਸੇ ਤੇ ਇਹ ਸਾਰੇ ਰੂਮਸ ਇੱਦਾਂ ਦੀ ਹੈ। ਕੀ ਵੈਸੇ ਇਹ ਕੂਲਰ ਲਾਇਆ ਇਹਨੇ ਆਪਣਾ, ਇਹ ਦੂਸਰੇ ਰੂਮ ਜਿਹੜਾ ਹੈਗਾ ਉਧਰੋਂ ਕੰਸੈਂਟ ਲਿਆ, ਸੇਮ ਕੰਸੈਂਟ ਕੀ ਸੇਮ ਹੀ ਹੈ ਮਾਰੀ। ਕਰੇਗਾ ਹੀ ਨਾਓ ਵਿਲ ਗੋ ਟੂ ਮਾਈ ਅਦਰ ਫਰੈਂਡਸ ਰੂਮ, ਆਈ ਗੈਸ ਉਹ ਸੋ ਰਿਹਾ ਹੈ, ਲੈਟਸ ਸੀ। ਐਕਚੁਅਲੀ ਦੇ ਆਰ ਸਲੀਪਿੰਗ, ਇਹਦਾ ਨਜ਼ਰ ਨਹੀਂ ਆਏਗਾ, ਸਵਿਚ ਆਫ ਦ ਲਾਈਟਸ, ਔਨ ਦ ਲਾਈਟਸ, ਇਹ ਸੋ ਰਿਹਾ, ਇੱਕ ਜਾਣਾ ਇਹ ਸੋ ਰਿਹਾ, ਦੂਜਾ ਜਾਣਾ, ਇੰਨਾ ਖੜਕਦਾ ਇਹਨਾਂ ਦਾ। ਦਿਸ ਇਜ਼ ਦਿਸ ਇਜ਼ ਅਨਦਰ ਰੂਮ, ਲਾਈਕ ਰੂਮ ਸਿਮਿਲਰ ਹੀ ਹੈ
ਅਲਮੀਰਾਸ ਇਸ ਕਮਰੇ 'ਚ ਬਸ ਏ ਸੀ ਲੱਗਾ ਹੋਇਆ ਹੈ, ਡਿਫਰੈਂਸ ਹੈ। ਯੂ ਕੈਨ ਆਲਸੋ ਲਾਈਕ ਇੰਸਟਾਲ ਯੋਰ ਓਨ ਏ ਸੀ ਬਟ ਥੋੜ੍ਹੇ ਜਿਹੇ ਚਾਰਜਸ ਐਕਸਟਰਾ ਨੇ। ਉੱਠ ਜਾ ਹਾਂ, ਰੂਮ ਟੂਰ ਇਹ ਸੁੱਤਾ ਇਹਨੂੰ ਉਠਾਉਂਦੇ ਆ। ਪਾਰਸ ਵਲੌਗ ਬਣਾਉਂਦੇ ਆ, ਰੂਮ ਟੂਰ ਕੀ ਕਰੀ ਜਾਣਦੇ ਆ।